मेरा नाम चरणजीत सिंह देवना जी, मैं मृतक संघर्ष आश्रय कमेटी का पंजाब प्रधान हाँ। बिजली बोर्ड के अंदर बैठे ऊपर भी चढ़े हुए बंदे की कारण है सर? असं पिछले 17 साल तो अपनी तरसधारा की नौकरी की मांग करते आ रहे हैं। साडे मापे जिहड़े बिजली बोर्ड के मुलाजम सीगे और उन्हां दी मौत तो बाद जिहड़ा साडे हक मिलना सीगा नौकरी दा, उह नहीं मिलिया। बार बार मेहनत करते हुए मीटिंगां लैंदे हुए धरने मुजहरे करते हुए असीं अक के अज बिजली बोर्ड ते कब्जा कीता गया और छत ते साडे 10 मैंबर यूनियन दे चढ़े हुए ने। ਜਦੋਂ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਇਸ ਤੱਕ ਡਟੇ ਰਵਾਂਗੇ। ਗੱਲ ਕਰੀਏ ਬੀਤੀ ਰਣੀ ਹੁਣੇ ਆ ਕਾਂਗੜ ਸਾਹਿਬ ਮੰਤਰੀ ਨੇ ਉਹਨਾਂ ਜਵਾਈ ਨੂੰ ਨੌਕਰੀ ਦਿੱਤੀ ਗਈ ਹੈ, ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਹੈ, ਕੀ ਲੱਗਦਾ ਤੁਹਾਨੂੰ? ਜਦੋਂ ਇਹ ਸਰਕਾਰ ਬਣੀ ਸੀ ਜੀ ਤਾਂ ਬਿਜਲੀ ਮੰਤਰੀ ਕਾਂਗੜ ਸਾਹਿਬ ਸੀਗੇ, ਅਸੀਂ ਉਹਨਾਂ ਕੋਲ ਗਏ, ਬਾਰ ਬਾਰ ਗਏ, ਮਿਹਨਤਬਾੜੀ ਕੀਤੀ ਔਰ ਉਹਨਾਂ ਨੇ ਆਨਲਾਈਨ ਹੋ ਕੇ ਵੀ ਕਈ ਬਿਆਨ ਕੀਤੇ ਆ। ਉਹਨਾਂ ਨੂੰ ਪਤਾ ਲੱਗਿਆ ਵੀ ਤਰਸ ਆਧਾਰ ਵਾਲੀ ਨੌਕਰੀਆਂ ਕੀ ਹੁੰਦੀਆਂ ਤੇ ਕਿਵੇਂ ਮਿਲ ਸਕਦੀਆਂ ਨੇ, ਪਰ ਸਾਡੀ ਮਾੜੀ ਕਿਸਮਤ ਵੀ ਸਾਡੇ ਵਾਸਤੇ ਨਹੀਂ ਉਹਨਾਂ ਨੇ ਸੋਚਿਆ, ਆਪਦੇ ਘਰ ਵਾਸਤੇ ਸੋਚਿਆ, ਆਪਦੀ ਘਰ ਦੀ ਬੇਰੁਜ਼ਗਾਰੀ ਦੂਰ ਕਰ ਲਈ ਪਰ ਸਾਡੀ ਬੇਰੁਜ਼ਗਾਰੀ ਨੂੰ ਨਹੀਂ ਦਿਖੀ, ਇਹ ਅਫਸੋਸ ਦੀ ਗੱਲ ਹੈ। ਨਹੀਂ ਗੱਲ ਕਰੀਏ, ਇੱਕ ਸਾਲ ਦੇ ਵਿੱਚ ਐਪਲੀਕੇਸ਼ਨ ਦੇਣੀ ਹੁੰਦੀ ਹੈ, ਜਿਹੜਾ ਮਿੱਤਰ ਵੀ ਤੁਸੀਂ ਗੱਲ ਕਰਦੇ ਹੋ ਉਹਦੇ ਪਰਿਵਾਰ ਨੂੰ ਨੌਕਰੀ ਮਿਲ ਸਕੇ, ਪਰ ਉਹ 8 ਸਾਲ ਬੀਜਣ ਜਾਣ ਤੋਂ ਬਾਅਦ ਵੀ ਨੌਕਰੀ ਦਿੱਤੀ ਗਈ ਹੈ ਤੇ ਤੁਹਾਨੂੰ ਪੁੱਛਿਆ ਵੀ ਨਹੀਂ ਗਿਆ ਫਿਰ ਕੀ ਫਿਊਚਰ ਹੈ, ਕੀ ਭਵਿੱਖ ਹੈ ਆਉਣ ਵਾਲੇ? ਜਦੋਂ ਸਾਡੇ ਮਾਪੇ ਕੋਲ ਰਹੇ ਸੀ ਅਸੀਂ 6 ਮਹੀਨੇ ਵਿੱਚ ਸਾਰੀ ਕਾਰਵਾਈ ਪੂਰੀ ਕਰਤੀ ਸੀ ਹਰੇਕ ਬੰਦੇ ਨੇ। 6 ਮਹੀਨੇ ਬਾਅਦ ਸਾਨੂੰ ਨੋਟਿਸ ਕੱਢਦੇ ਨੇ ਵੀ ਨੌਕਰੀ ਬੰਦ ਆ, ਸਲੇਸ਼ਮ ਦੀ ਰਕਮ ਲੈ ਲਓ। ਅਸੀਂ ਬਾਰ ਬਾਰ ਨਾ ਕਰਦੇ ਰਹੇ ਪਰ ਸਾਨੂੰ ਧਮਕੀਆਂ ਮਿਲੀਆਂ, ਪੈਨਸ਼ਨ ਨਾ ਬੰਦ ਕਰਕੇ ਬੰਦ ਕਰਨ ਦੀਆਂ ਬੈਨੀਫਿਟ ਨਾ ਦੇਣ ਦੀਆਂ। ਕਈਆਂ ਨੇ ਸਾਡੇ ਭੋਲੇ ਭਾਲੇ ਮੁਲਾਜ਼ਮਾਂ ਦੇ ਸਾਥੀਆਂ ਨੇ ਸਾਨੂੰ ਸੋਹਾਂ ਪਵਾ ਕੇ ਇਹ ਚੈੱਕ ਚੁਕਾ ਤੇ, ਪਰ ਫਿਰ ਵੀ ਹੁਣ ਦੇ ਜਿਹੜਾ ਸਿਨੈਰੀਓ ਆ ਉਹਦੇ ਵਿੱਚ ਨੌਕਰੀਆਂ ਮਿਲ ਰਹੀਆਂ, ਪੰਜਾਬ ਸਰਕਾਰ ਸਾਰਾ ਨੌਕਰੀਆਂ ਦੇ ਰਹੀ ਹੈ। ਅਸੀਂ ਵੀ ਕਹਿੰਦੇ ਸਾਡੇ ਵਾਸਤੇ ਆਪਸ਼ਨ ਖੋਲ੍ਹੀ ਜਾਵੇ, ਦੋਨੇ ਆਪਸ਼ਨ ਰੱਖੇ ਹਨ, ਜਿਸ ਨੇ ਪੈਸੇ ਰੱਖਣੇ ਉਹ ਪੈਸੇ ਰੱਖ ਸਕਦਾ, ਜਿਸ ਨੂੰ ਨੌਕਰੀ ਚਾਹੀਦੀ ਨੌਕਰੀ ਲੈਣ ਦਾ ਉਹਨੂੰ ਹੱਕ ਦਿੱਤਾ ਜਾਵੇ। ਤੇ ਉਰੇ ਹੁਣ ਕਿੱਦਾਂ ਤੱਕ ਬੈਠੋਗੇ ਉੱਪਰ ਵੀ ਚੜੇ ਹੋਏ ਆ ਬੰਦੇ ਦੇ, ਇੱਥੇ ਕਿੰਨਾ ਟਾਈਮ ਤੁਹਾਡਾ ਧਰਨਾ ਪ੍ਰਦਰਸ਼ਨ ਜਾਰੀ ਹੋਊਗਾ? ਦੇਖੋ ਮਰਦਾ ਕੀ ਨਹੀਂ ਕਰਦਾ, ਜਦੋਂ ਸਾਡਾ ਸਬਰ ਦਾ ਪਹਿਲਾ ਭਰ ਚੁੱਕਿਆ ਗਾ, ਸਾਡੇ ਉੱਪਰ ਬੰਦੇ ਚੜੇ ਆ, ਮਿੱਥਕੇ ਚੜੇ ਨੇ, ਤੇਲ ਦੀਆਂ ਬੋਤਲਾਂ ਲੈ ਕੇ ਚੜੇ ਨੇ, ਕੱਲ੍ਹ ਵੀ ਉਹਨਾਂ ਨੇ ਖਾਣਾ ਵਾਪਸ ਕਰਤਾ ਸੀ, ਅੱਜ ਸਵੇਰ ਤੋਂ ਉਹਨਾਂ ਨੇ ਕੁਛ ਨਹੀਂ ਖਾਧਾ ਗਾ ਔਰ ਸਾਡੀ ਸਾਰੀ ਜਿੰਦ ਨੇ ਇੱਥੇ ਲਗਭਗ ਬਿਜਲੀ ਬੋਰਡ ਦੇ ਗੇਟ ਦੇ ਦੋਨੇ ਪਾਸੇ ਅੰਦਰ ਵੀ ਤੇ ਬਾਹਰ ਵੀ ਡਟੀ ਹੋਈ ਆ। ਹੁਣ ਇਹ ਬਿਜਲੀ ਬੋਰਡ ਨੇ ਦੇਖਣਾ ਗਾ ਵੀ ਕਿਵੇਂ ਨਿਪਟਾਰਾ ਕਰਨਾ। ਅਸੀਂ ਆਪਣੇ ਹੱਕ ਲੈ ਬਿਨਾਂ ਜਾਣਾ ਨਹੀਂ ਗਾ, ਸਾਨੂੰ ਨਿਯੁਕਤੀ ਪੱਤਰ ਦੇਣ, ਇਹ ਫਿਰ ਹੀ ਨਿਪਟਾਰਾ ਹੋਊਗਾ। ਮੀਟਿੰਗ ਚੱਲ ਰਹੀ ਸੀ ਜੀ ਬਿਜਲੀ ਬੋਰਡ ਵਾਲਿਆਂ, ਕੀ ਉਹਦਾ ਹੱਲ ਨਿਕਲਿਆ? ਬਿਲਕੁਲ ਜੀ, ਕੱਲ ਸ਼ਾਮ ਤੱਕ ਪ੍ਰਸ਼ਾਸਨ ਵਿੱਚ ਬੈ ਕੇ ਮੀਟਿੰਗਾਂ ਕਰਾਉਂਦਾ ਰਹੇਗਾ, ਪਰ ਫਿਰ ਵੀ ਟਾਲ ਮਟੋਲ ਦੀ ਨੀਤੀ ਸੀਗੀ। ਅਸੀਂ ਉਹਨਾਂ ਦਾ ਹਰ ਗੱਲ ਦਾ ਜਵਾਬ ਦਿੱਤਾ ਗਾ, ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਆਪਣੇ ਮੁਤਾਬਕ ਪਾਲਿਸੀ ਤੋੜ ਮਰੋੜ ਕੀਤੀ ਆ, ਬੰਦੇ ਸੈੱਟ ਕੀਤੇ ਨੇ, ਆਪਦੇ ਚਹਿਤਿਆਂ ਨੂੰ ਸੈੱਟ ਕਰਦੇ ਰਹੇ ਨੇ। ਇੱਕ ਚੇਅਰਮੈਨ ਬਰਾੜ ਹੁੰਦੇ ਸੀ ਜਿਨ੍ਹਾਂ ਨੇ ਆਪਣੇ ਇੱਕੋ ਪਿੰਡ ਦੇ ਵਿੱਚੋਂ 26 ਦੇ ਬੰਦੇ 26 ਬੰਦੇ ਇੱਕਦਮ ਪੱਕੇ ਕਰਕੇ ਰੱਖੇ ਸੀ, ਤੇ ਸਾਡੇ ਨਾਲ ਕਿਉਂ? ਸਾਡੇ ਨਾਲ ਕਿਉਂ? ਅਸੀਂ ਕੈਪਟਨ ਹਾਊਸ ਤੱਕ ਮੀਟਿੰਗ ਕੀਤੇ ਨੇ, MP ਸਾਹਿਬ ਚੇਅਰਮੈਨ ਰਹੇ ਨੇ PRTC ਦੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਚੇਅਰਮੈਨ ਸਖਸ਼ਮਾ ਤੁਹਾਨੂੰ ਨੌਕਰੀ ਦੇਣ ਦੇ, ਪਰ ਕਿਉਂ ਨਹੀਂ ਦੇ ਰਹੇ?